ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਇੰਸਟੀਚਿਊਟ ਆਫ ਨਰਸਿੰਗ ਤੋਂ BSc ਸਟੂਡੈਂਟਸ ਦੀ ਇੱਕ ਬਹੁਤ ਵੱਡੀ ਟੀਮ ਲੈ ਕੇ ਆਈ ਹਾਂ, ਜਿਨ੍ਹਾਂ ਨੂੰ ਅਸੀਂ 10-10 ਦੇ ਗਰੁੱਪ ਦੇ ਵਿੱਚ ਟੀਮਾਂ ਬਣਾ ਕੇ ਪੂਰੇ ਸ਼ਹਿਰ ਦੇ ਵਿੱਚ ਸਰਵੇ ਕਰਾਂਗੇ ਅਤੇ ਲੋਕਾਂ ਨੂੰ ਇਹ ਸਿਖਾਵਾਂਗੇ ਕਿ ਸੋਸ਼ਲ ਡਿਸਟੈਂਸ ਕਿੰਨਾ ਰੱਖਣਾ ਹੈ। ਔਰ ਅਸੀਂ ਤੁਹਾਡੇ ਲਈ ਬਾਹਰ ਆਏ ਹਾਂ, ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਅੰਦਰ ਰਹਿਣ, ਉਦੋਂ ਤੱਕ ਘਰੋਂ ਬਾਹਰ ਨਾ ਨਿਕਲਣ ਜਦੋਂ ਤੱਕ ਕਿ ਕੋਈ ਅਕਿਊਟ ਐਮਰਜੈਂਸੀ ਹੈ। ਠੀਕ ਆ, ਸਮਝਾਉਣਾ ਨਹੀਂ ਹੈ, ਤੁਸੀਂ ਸਮਝਾਉਣਾ ਚਾਹੋਗੇ। ਇੰਸਟੀਚਿਊਟ ਆਫ ਨਰਸਿੰਗ ਤੋਂ BSc ਸਟੂਡੈਂਟਸ ਦੀ ਇੱਕ ਬਹੁਤ ਵੱਡੀ ਟੀਮ ਲੈ ਕੇ ਆਈ ਹਾਂ, ਜਿਨ੍ਹਾਂ ਨੂੰ ਅਸੀਂ 10-10 ਦੇ ਗਰੁੱਪ ਦੇ ਵਿੱਚ ਟੀਮਾਂ ਬਣਾ ਕੇ ਪੂਰੇ ਸ਼ਹਿਰ ਦੇ ਵਿੱਚ ਸਰਵੇ ਕਰਾਂਗੇ ਅਤੇ ਲੋਕਾਂ ਨੂੰ ਇਹ ਸਿਖਾਵਾਂਗੇ ਕਿ ਸੋਸ਼ਲ ਡਿਸਟੈਂਸ ਕਿੰਨਾ ਰੱਖਣਾ ਹੈ। ਔਰ ਅਸੀਂ ਤੁਹਾਡੇ ਲਈ ਬਾਹਰ ਆਏ ਹਾਂ, ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਅੰਦਰ ਰਹਿਣ, ਉਦੋਂ ਤੱਕ ਘਰੋਂ ਬਾਹਰ ਨਾ ਨਿਕਲਣ ਜਦੋਂ ਤੱਕ ਕਿ ਕੋਈ ਅਕਿਊਟ ਐਮਰਜੈਂਸੀ ਹੈ। ਛੋਟੀ ਮੋਟੀ ਟ੍ਰੀਟਮੈਂਟ ਘਰੇ ਵੀ ਕੀਤੀ ਜਾ ਸਕਦੀ ਹੈ। ਔਫਕੋਰਸ ਉਹਨਾਂ ਲਈ ਸਿਵਲ ਹੋਸਪਿਟਲ 24 ਘੰਟੇ ਖੁੱਲ੍ਹਾ, ਬਾਕੀ ਜਿਹੜਾ ਪੈਨਿਕ ਕ੍ਰੀਏਟ ਕੀਤਾ ਜਾ ਰਿਹਾ ਹੈਂਡ ਸੈਨੇਟਾਈਜ਼ਰ ਵੱਲੋਂ, ਉਹ ਵੀ ਬਣਾਉਣਾ ਸਿਖਾਵਾਂਗੇ ਲੋਕਾਂ ਨੂੰ, ਮਾਸਕ ਬਣਾਉਣਾ ਸਿਖਾਵਾਂਗੇ ਔਰ ਲੋਕਾਂ ਨੂੰ ਇਹ ਦੱਸਾਂਗੇ ਕਿ ਕਰੋਨਾ ਔਫਕੋਰਸ ਐਕਿਊਟ ਐਮਰਜੈਂਸੀ ਹੈ, ਪਰ ਉਹਦੇ ਤੋਂ ਡਰਨ ਦੀ ਲੋੜ ਨਹੀਂ ਹੈ, ਸਾਨੂੰ ਲੜਨ ਦੀ ਲੋੜ ਹੈ ਅਤੇ ਉਹਦੇ ਵਿੱਚ ਸਿਰਫ ਸਾਡੇ ਨਾਲ ਇਹ ਸਹਿਯੋਗ ਕਰਨ ਕਿ ਉਹ ਅੰਦਰ ਹੀ ਰਹਿਣ, ਅਸੀਂ ਉਹਨਾਂ ਲਈ ਬਾਹਰ ਹਾਂ। ਤੁਸੀਂ ਸੈਨੇਟਾਈਜ਼ਰ ਦੀ ਗੱਲ ਕੀਤੀ, ਮਾਸਕ ਦੀ ਗੱਲ ਕੀਤੀ ਹੈ, ਥੋੜ੍ਹਾ ਐਕਸਪਲੇਨ ਕਰੋ ਕਿ ਕਿਸ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ। ਮਾਸਕ ਘਰ ਦੇ ਵਿੱਚ ਹੀ ਬਣਾਇਆ ਜਾ ਸਕਦਾ, ਤਕਰੀਬਨ ਹਰ ਘਰ ਦੇ ਵਿੱਚ ਸ਼ੇਵਿੰਗ ਕਰੀਮ ਹੁੰਦੀ ਹੈ, ਥੋੜ੍ਹੀ ਜਿਹੀ ਸ਼ੇਵਿੰਗ ਕਰੀਮ ਲੈ ਕੇ ਇਕੁਅਲ ਪਾਰਟ ਦੇ ਵਿੱਚ ਉਹਦੇ ਵਿੱਚ ਬਿਸਲਰੀ ਵਾਟਰ ਪਾ ਲਓ, ਉਹਦੇ ਵਿੱਚ ਕੁਛ ਬੂੰਦਾਂ ਕੋਕੋਨਟ ਆਇਲ ਦੀਆਂ ਜਾਂ ਅਸੀਂ ਐਲੋਵੀਰਾ ਜੈਲ ਮਿਲਾ ਕੇ ਉਹਨੂੰ ਅੱਛੀ ਤਰ੍ਹਾਂ ਹਿਲਾ ਕੇ ਯੂਜ਼ ਕਰ ਸਕਦੇ ਹਾਂ। ਪੂਰਾ ਦਿਨ ਜਿੰਨੀ ਵਾਰੀ ਮਰਜ਼ੀ ਹੱਥ ਧੋ, ਹੱਥ ਨੂੰ ਔਰ ਮੋਇਸਚਰਾਈਜ਼ਰ ਵੀ ਮਿਲੇਗਾ ਔਰ ਸਲਿਊਸ਼ਨ ਵੀ ਮਿਲੇਗਾ, ਸਫਾਈ ਲਈ ਪੂਰਾ ਸਲਿਊਸ਼ਨ ਮਿਲੇਗਾ। ਮਾਸਕ ਆਪਣਾ ਇੱਕ ਰੁਮਾਲ ਲੈ ਕੇ ਉਹਦੀਆਂ 3 ਫੋਲਡ ਕਰ ਲਓ ਅਤੇ ਉਹਦੇ ਵਿਚਕਾਰ ਇੱਕ ਤੁਸੀਂ ਟਿਸ਼ੂ ਪੇਪਰ ਵੀ ਰੱਖ ਸਕਦੇ ਹੋ ਔਰ ਉਹਨਾਂ ਦੀਆਂ ਸਾਈਡ 'ਤੇ 2 ਰਬੜ ਬੈਂਡ ਲਗਾ ਕੇ ਥੋੜ੍ਹੀ ਜਿਹੀ ਰੁਮਾਲ ਦੀ ਫੋਲਡਿੰਗ ਅੰਦਰ ਕਰ ਦਿਓ, ਬਹੁਤ ਸੋਹਣਾ ਮਾਸਕ ਬਣ ਜਾਏਗਾ। 3-4 ਮਾਸਕ ਬਣਾ ਕੇ ਘਰ ਦੇ ਵਿੱਚ ਉਹ ਯੂਜ਼ ਕਰ ਸਕਦੇ ਹੋ, ਵਾਸ਼ ਕਰ ਸਕਦੇ ਹੋ, ਉਹਨਾਂ ਨੂੰ ਥਰੋ ਕਰਨ ਦੀ ਵੀ ਲੋੜ ਨਹੀਂ। ਟੀਮਾਂ ਬਣਾਈਆਂ ਕੀ ਕੁਛ ਵਿੱਚ ਸ਼ਾਮਿਲ ਕੀ ਕੁਛ ਕਰਨਗੀਆਂ ਟੀਮਾਂ? ਸਾਡੋ ਕੁਝ ਟੈਲੀਫੋਨਿਕ ਮੈਸੇਜ ਆ ਰਹੇ ਸੀ ਵੀ ਕੋਈ ਪੇਸ਼ੈਂਟ ਕਿਸੇ ਕੰਟਰੀ 'ਚੋਂ ਆਇਆ ਤਾਂ ਉਹ ਇੱਥੇ ਰਹਿ ਰਿਹਾ, ਕੋਈ ਕਿਸੇ ਕੰਟਰੀ 'ਚੋਂ ਆਇਆ ਤਾਂ ਇੱਥੇ ਰਹਿ ਰਿਹਾ, ਉਹ ਪ੍ਰੋਪਰ ਪ੍ਰੀਕੋਸ਼ਨਸ ਨਹੀਂ ਲੈ ਰਹੇ ਸੀ। ਅਸੀਂ ਆਪਣੀਆਂ ਹੱਥ ਦੀਆਂ ਟੀਮਸ ਅਤੇ ਪੁਲਿਸ ਡਿਪਾਰਟਮੈਂਟ ਪਰਸਨਲ ਨੂੰ ਨਾਲ ਭੇਜਿਆ, ਉਹਨਾਂ ਨੂੰ ਪ੍ਰੋਪਰਲੀ ਕੁਆਰੰਟੀਨ ਕਰਨ ਦਾ, ਉਹਨਾਂ ਨੂੰ ਪ੍ਰੋਪਰਲੀ ਸਮਝਾਉਣ ਦਾ, ਅਤੇ ਜੇ ਲੋੜ ਪਏਗੀ ਉਹਨਾਂ ਨੂੰ ਹੋਸਪਿਟਲ ਲੈ ਕੇ ਆਉਣ ਦਾ, ਤਾਂ ਕਿ ਉਹਨਾਂ ਦੀ ਪ੍ਰੋਪਰ ਟ੍ਰੀਟਮੈਂਟ ਹੋ ਸਕੇ, ਜੋ ਬਣਦੀ ਟ੍ਰੀਟਮੈਂਟ ਉਹਦੀ ਹੋ ਸਕੇ, ਅਤੇ ਕਮ ਸੇ ਕਮ ਉਹਨਾਂ ਦੇ ਮਨ 'ਚੋਂ ਇਹ ਭੈਅ ਨਿਕਲੇ ਔਰ ਉਹਨਾਂ ਨੂੰ ਪਤਾ ਲੱਗੇ ਵੀ ਸਿਹਤ ਵਿਭਾਗ ਕਿੱਡਾ ਅਲਰਟ ਹੈ ਇਹਨਾਂ ਦੀ ਮੈਨੇਜਮੈਂਟ ਲਈ। ਕਿੰਨੀਆਂ ਟੀਮਾਂ ਤਿਆਰ ਕੀਤੀਆਂ, ਕਿੰਨੇ ਬੰਦੇ ਇਹ 'ਚ ਸ਼ਾਮਿਲ ਨੇ? ਅਸੀਂ ਸਾਡੇ ਕੋਲ 5 ਟੀਮਾਂ ਭੇਜੀਆਂ, ਉਹਦੇ ਵਿੱਚ 2 ਹੈਲਥ ਦੇ ਅਤੇ 2 ਪੁਲਿਸ ਦੇ ਪਰਸਨਲ ਨੇ, ਬਾਕੀ ਅਸੀਂ ਐਂਬੂਲੈਂਸ ਸਾਡੇ ਕੋਲ ਆ, ਜੇ ਲੋੜ ਪਏਗੀ ਤਾਂ ਉਹਨੂੰ ਮੈਸੇਜ ਕਨਵੇ ਕੀਤਾ ਗਿਆ, ਜੇ ਐਂਬੂਲੈਂਸ ਦੀ ਜ਼ਰੂਰਤ ਪਏਗੀ ਤਾਂ ਐਂਬੂਲੈਂਸ ਭੇਜਾਂਗੇ, ਜੇ ਪੁਲਿਸ ਦੀ ਜ਼ਰੂਰਤ ਪਏਗੀ ਤਾਂ DSP ਔਰ SP ਸਾਹਿਬ ਨਾਲ ਮੇਰੀ ਗੱਲ ਹੋ ਗਈ ਆ, ਪੁਲਿਸ ਭੇਜਾਂ, SDM ਸਾਹਿਬ ਨਾਲ ਗੱਲ ਹੋ ਗਈ। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਪੰਡਿਤ ਰਾਕੇਸ਼ ਜੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। 2 ਘੰਟੇ ਵਿੱਚ ਘਰ ਬੈਠੇ ਹਰ ਪਰੇਸ਼ਾਨੀ ਦਾ ਹੱਲ ਪਾਓ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼, ਹਰ ਤਰ੍ਹਾਂ ਦੇ ਲਾਟਰੀ ਨੰਬਰ ਦੇ ਮਾਹਿਰ, ਧੋਖਾ ਖਾਧੇ ਲੋਕ, ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ। ਪੰਡਿਤ ਰਾਕੇਸ਼ ਜੀ ਸੰਪਰਕ ਕਰੋ 83607 99607 83607 89607।